ਸਤਿ ਸ਼੍ਰੀ ਅਕਾਲ ਫਰੈਂਡਸ, ਤੁਸੀਂ ਅਕਸਰ ਹੀ ਵਿਆਹ ਜਾਂਦੇ ਹੋ ਨਾ। ਆਪਾਂ ਵੀ ਇੱਕ ਵਿਆਹ ਗਏ ਸੀ, ਉੱਥੇ ਨਾ ਜਿਹੜੇ ਆਰਕੈਸਟਰਾ ਦੇ ਮੂਹਰੇ ਇੱਕ ਮੈਕ ਲੈ ਕੇ ਭਾਈ ਫਿਰਦਾ ਹੁੰਦਾ ਨਾ, ਪਤਾ ਨਹੀਂ ਉਹਨੂੰ ਕੀ ਕਹਿੰਦੇ ਆ। ਸਭ ਤੋਂ ਜ਼ਿਆਦਾ ਜ਼ੋਰ ਉਹਦਾ ਹੀ ਲੱਗਿਆ ਹੁੰਦਾ ਹੈ ਵਿਆਹ 'ਚ। ਆਰਕੈਸਟਰਾ ਵਾਲੀਆਂ ਤਾਂ ਜੇ ਘੱਟ ਨੱਚਦੀਆਂ, ਉਹ ਕਦੇ ਟਪੂਸੀ ਮਾਰੂ ਇੱਧਰੋਂ ਕਦੇ ਇੱਧਰੋਂ, ਹਾਂਜੀ ਜੀਜੇ ਨੇ ਇੰਨੇ ਪੈਸੇ ਦਿੱਤੇ, ਮਾਮੇ ਨੇ ਇੰਨੇ ਪੈਸੇ ਦਿੱਤੇ, ਹੈ ਨਾ, ਇਹੀ ਕੰਮ ਹੁੰਦਾ ਉਹਦਾ। ਅਤੇ ਉਹਨੇ ਇੱਕ ਗੇਮ ਖੇਡੀ, ਉਹਨੇ ਕਿਹਾ ਵਿਆਹ ਵਿੱਚ ਜਿੰਨੀਆਂ ਵੀ ਨੂੰਹਾਂ ਏ ਜਿਹੜੀਆਂ ਆਪਣੀਆਂ ਸੱਸਾਂ ਨੂੰ ਪਿਆਰ ਕਰਦੀਆਂ ਹੈ, ਉਹ ਬਾਹਾਂ ਖੜੀਆਂ ਕਰੋ, ਜਾਣੀ ਕਿ ਹੱਥ ਖੜੇ ਕਰੋ, ਅਤੇ ਵੀ ਚੌੜ ਚੌੜਵਾਂ ਸਾਰੀਆਂ ਨੇ ਖੜੇ ਕਰ ਲਏ ਜਿਹੜੀਆਂ ਕਰਦੀਆਂ ਸੀ, ਜਦ ਨਹੀਂ ਕਰਦੀਆਂ ਤਾਂ ਉਹਨਾਂ ਨੇ ਵੀ ਕਰ ਲਏ, ਫਿਰ 10-20 ਹੱਥ ਖੜੇ ਹੋਣੇ ਨਾ। ਫਿਰ ਉਹਨੇ ਕਿਹਾ ਆਪਣੇ ਪਰਸ 'ਚੋਂ 500 ਦਾ ਨੋਟ ਕੱਢੋ ਅਤੇ ਆਪਣੀ ਸੱਸ ਤੋਂ ਭਰ ਕੇ ਮੈਨੂੰ ਦੇ ਕੇ ਜਾਓ। ਬਜ਼ਾਰੀ ਇੱਕ ਜਾਂ ਦੋ ਗਈ, ਬਾਕੀ ਸਾਰੀਆਂ ਕਿਹੜਾ ਜੀ ਕਰਦਾ ਕਿ 500 ਦਾ ਨੋਟ ਫ੍ਰੀ ਫੰਡਵਾ ਦੇਣ ਨੂੰ ਨਾ। ਉਹਨੇ ਤਾਂ ਗੇਮ ਖੇਡੀ ਤੀ, ਚਲੋ ਫਿਰ ਕਿੱਥੇ ਗਿਆ ਪਿਆਰ ਉਹਨਾਂ ਦਾ, ਪੈਸੇ ਅੱਗੇ ਪਿਆਰ ਕਿੱਥੇ ਟਿਕਦਾ। ਅਤੇ ਫਿਰ ਉਹਨੇ ਇਹੀ ਗੇਮ ਸੱਸਾਂ ਨਾਲ ਖੇਡੀ, ਕਹਿੰਦਾ ਜਿਹੜੀ ਵੀ ਸੱਸ ਆਪਣੀ ਨੂੰਹ ਨੂੰ ਪਿਆਰ ਕਰਦੀ ਹੈ ਉਹ ਵੀ 500 ਦਾ ਨੋਟ ਲੈ ਕੇ ਆਓ। ਹੁਣ ਪਿਆਰ ਤਾਂ ਜਿਹੜਾ ਜਾਣਾ ਖੂਹ ਖਾਤੇ ਵਿੱਚ, ਉਹਨਾਂ ਨੂੰ ਤਾਂ ਪੈਸੇ ਦੀ ਕਰੇ ਆਪਣੇ ਵਿਚਾਰੀਆਂ, ਚੱਲ ਦੇ ਤਾਂ ਆਈਆਂ ਔਖੀਆਂ ਸੌਖੀਆਂ ਨਾ, 10 ਨੇ ਹੱਥ ਖੜੇ ਕਰੇ ਹੋਣੇ, ਸਿਰਫ ਇੱਕ ਜਾਂ ਦੋ ਗਈਆਂ ਦੇਣ। ਅਤੇ ਬਾਅਦ ਵਿੱਚ ਜਿਹੜੀ ਉਹਨਾਂ ਨੂੰ ਰੋਟੀ ਜਾਂ ਚਾਹ ਪੀਤੀ ਹੈ, ਬਸ ਉਹੀ ਸੋਚ ਦੇਣਾ, ਹਾਏ ਸ਼ਗਨ ਇੰਨਾ ਦੇ ਤਾ, ਹਾਏ ਉੱਤੋਂ 1000 ਰੁਪਏ ਦਾ ਹੋਰ ਘਾਟਾ ਪੈ ਗਿਆ। ਫਿਰ ਤਾਂ ਇੱਕ ਦੋ ਕਹਿੰਦੀ ਪਿਆਰ ਤਾਂ ਜਿਹੜਾ ਹੋਣਾ ਹੋਣਾ, ਅੱਖਾਂ ਹੀ ਕੱਢਦੀਆਂ ਹੋਣੀਆਂ ਵੀ ਇਹਦੇ ਕਰਕੇ ਜੈਰੋਈ ਕਰਕੇ ਮੈਨੂੰ 500 ਦਾ ਘਾਟਾ ਪੈ ਗਿਆ। ਤੁਹਾਡੇ ਨਾਲ ਤਾਂ ਨਹੀਂ ਹੋਏ ਕਦੇ, ਜੇ ਤੁਹਾਨੂੰ ਕੋਈ ਇੱਦਾਂ ਕਹਿੰਦਾ ਨਾ, ਚੁੱਪ ਕਰਕੇ ਬੈਠੇ ਰਹੋ, ਕੋਈ ਬਹੁਤਾ ਦਿਖਾਵਾ ਕਰਨ ਦੀ ਲੋੜ ਨਹੀਂ, ਚੌੜ ਚੌੜ ਦੇ ਚੱਕਰ ਵਿੱਚ ਘਾਟਾ ਪੈ ਜਾਂਦਾ ਕਦੇ।